ਤੇ ਇਹ ਨਸ਼ੇ ਗੋਲੀਆਂ ਕਿੱਥੋਂ ਲੈਂਦੇ? ਬਸ ਇੱਦਾਂ ਹੀ ਜੀ, ਅੱਗੇ ਲਿੰਕ ਹੈ, ਪਹਿਲਾਂ ਹੀ ਪਰਚਾ ਦਰਜ ਤੁਹਾਡੇ ਕੋਲ? ਹਾਂ ਜੀ, ਦੋਹਾਂ ਦੇ ਪਰਚਾ ਦਰਜ? ਹਾਂ ਜੀ। ਪੁਲਿਸ ਅਧਿਕਾਰੀ ਥਾਣਾ ਸਦਰ ਦੇ ਇੰਚਾਰਜ ਅਵਤਾਰ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ, ਇਹ ਸਾਰੇ ਕਿਸ ਤਰ੍ਹਾਂ ਕਾਬੂ ਆਏ, ਕਿੰਨੀ ਕਿੰਨੀ ਗੋਲੀ ਬਰਾਮਦ ਹੋਈ, ਕਿੱਥੇ ਰਹਿਣ ਵਾਲੇ ਆ? ਹਾਂਜੀ, ਕੀ ਨਾਮ? ਕੱਲ੍ਹ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਅਤੇ ਸਾਡੇ ਮਾਣਯੋਗ DGP ਸਾਹਿਬ ਅਤੇ ਮਾਣਯੋਗ SSP ਸਾਹਿਬ ਦੀਆਂ ਨਿਸ਼ਾ ਨਿਰਦੇਸ਼ਾਂ ਅਨੁਸਾਰ ਕੱਲ੍ਹ ਕਾਸੋ ਓਪਰੇਸ਼ਨ ਤਲਮੰਡੀ ਮਲਕ ਪਿੰਡ ਵਿੱਚ ਕੀਤਾ ਗਿਆ ਸੀਗਾ। ਉਸ ਦੌਰਾਨ ਕਾਸੋ ਦੇ ਦੌਰਾਨ ਸਾਨੂੰ ਕਹਿੰਦਾ ਕਾਫੀ ਵਧੀਆ ਸਾਨੂੰ ਰਿਕਵਰੀ ਹੋਈ ਆ, ਜਿਹਦੇ ਸੰਬੰਧ ਵਿੱਚ ਕੱਲ੍ਹ ਦੋ ਵੱਖ ਵੱਖ ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਨੇਗੇ, ਜਿਹਦੇ ਵਿੱਚ ਅਸੀਂ 3 ਬੰਦੇ ਅਰੈਸਟ ਕੀਤੇ ਸੀਗੇ, ਜਿਨ੍ਹਾਂ ਦੇ ਕੋਲੋਂ ਇੱਕ ਕਰੀਬ 400 ਗੋਲੀ ਦੇ ਕਰੀਬ ਹੈਗੇ, ਦੋਵਾਂ ਮੁਕੱਦਮਿਆਂ ਦੇ ਵਿੱਚ ਨਸ਼ੀਲੀਆਂ ਗੋਲੀਆਂ ਰਿਕਵਰ ਕੀਤੀਆਂ ਗਈਆਂ ਨੇ। ਇਸ ਸੰਬੰਧੀ ਅਸੀਂ ਵੱਖ ਵੱਖ FIR ਦਰਜ ਕਰਕੇ ਅਤੇ ਇਹਨਾਂ ਦੇ ਖਿਲਾਫ਼ ਅਗਲੀ ਤਫਤੀਸ਼ ਵਧੀ ਹੋਈ ਹੈ। ਨਹੀਂ, ਉਹ ਵੱਖਰਾ ਮੁਕੱਦਮਾ ਹੈਗਾ, ਉਹ ਮੁਕੱਦਮਾ ਨੰਬਰ 85 ਆ, ਉਹਦੇ ਵਿੱਚ ਭੂਰਾ ਸਿੰਘ ਹੈਗਾ ਦੋਸ਼ੀ, ਉਹਦੇ ਵਿੱਚ 220 ਗੋਲੀਆਂ ਹੈਗੀਆਂ ਨੇ ਅਸੀਂ ਰਿਕਵਰ ਕੀਤੀਆਂ, ਨਸ਼ੀਲੀਆਂ ਗੋਲੀਆਂ, ਉਹ ਵੱਖਰਾ ਮੁਕੱਦਮਾ। ਇਹ ਮੁਕੱਦਮਾ ਨੰਬਰ 86 ਆ, ਇਹਦੇ ਵਿੱਚ ਦੋ ਬੰਦੇ ਨੇ, ਮਨਜਿੰਦਰ ਸਿੰਘ ਅਤੇ ਬਲਕਾਰ ਸਿੰਘ ਨੇਗੇ, ਇਹਨਾਂ ਨੂੰ ਜਿਹੜੇ ਹੈਗੇ ਨੇ ਇਹਨਾਂ ਦੇ ਖਿਲਾਫ਼ 86 ਨੰਬਰ ਮੁਕੱਦਮਾ ASI ਸਰਬਜੀਤ ਸਿੰਘ ਵੱਲੋਂ 9 ਅਗਸਤ ਕਾਸੋ ਪ੍ਰੇਸ ਦੇ ਦੌਰਾਨ ਕੀਤਾ। ਇਹਨਾਂ ਦੇ ਰਿਕਾਰਡ ਖੰਗਾਲਿਆ ਗਿਆ ਅਤੇ ਰਿਕਾਰਡ ਖੰਗਾਲ ਕੇ ਤੁਹਾਨੂੰ ਪਤਾ ਚੱਲਿਆ ਵੀ ਇਹਨਾਂ ਦੇ ਖਿਲਾਫ਼ ਪਹਿਲਾਂ ਵੀ NDPS ਐਕਟ ਦੇ ਮੁਕੱਦਮਾ ਦਰਜ ਰਜਿਸਟਰ ਹੈ। ਜਿਹੜੇ ਕਥਿਤ ਨੌਜਵਾਨ ਫੜੇ ਗਏ, ਇਹਨਾਂ ਕੋਲ ਪਹਿਲਾਂ ਵੀ ਨਸ਼ਾ ਵੇਚਣ ਦੇ ਮਾਮਲੇ ਦਰਜ ਹੈ। ਹਾਂਜੀ, ਕੀ ਨਾਮ ਹੈ ਤੁਹਾਡਾ? ਮਨਜਿੰਦਰ ਸਿੰਘ। ਹਾਂ, ਤੁਸੀਂ ਇਹ ਨਸ਼ੇ ਗੋਲੀਆਂ ਕਿੱਥੋਂ ਲੈਂਦੇ? ਬਸ ਇੱਦਾਂ ਹੀ ਜੀ, ਅੱਗੇ ਲਿੰਕ ਹੈ। ਪਹਿਲਾਂ ਹੀ ਪਰਚਾ ਦਰਜ ਤੁਹਾਡੇ ਕੋਲ? ਹਾਂ ਜੀ। ਦੋਹਾਂ ਦੇ ਪਰਚਾ ਦਰਜ? ਹਾਂ ਜੀ। ਇਹਦੇ ਕਥਿਤ ਦੋਸ਼ੀ ਹੈ ਜਿਨ੍ਹਾਂ ਦੇ ਖਿਲਾਫ਼ ਪਹਿਲਾਂ ਵੀ ਨਸ਼ਾ ਵੇਚਣ ਦਾ ਮਾਮਲਾ ਦਰਜ ਹੈ, ਔਰ ਇਨ ਦੋਨਾਂ ਨੂੰ ਅੱਜ ਸਮਾਣਾ ਸਦਰ ਪੁਲਿਸ ਅਦਾਲਤ 'ਚ ਪੇਸ਼ ਕਰੇਗੀ। ਅਦਾਲਤ ਤੋਂ ਪੁਲਿਸ ਰਿਮਾਂਡ ਦੀ ਮੰਗ ਕਰੇਗੀ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ, ਸਮਾਣਾ। ਇਹ ਨਸ਼ੇ ਗੋਲੀਆਂ ਕਿੱਥੋਂ ਲੈਂਦੇ? ਬਸ ਇੱਦਾਂ ਹੀ ਜੀ, ਅੱਗੇ ਲਿੰਕ ਹੈ। ਪਹਿਲਾਂ ਹੀ ਪਰਚਾ ਦਰਜ ਤੁਹਾਡੇ ਕੋਲ? ਹਾਂ ਜੀ। ਦੋਹਾਂ ਦੇ ਪਰਚਾ ਦਰਜ? ਹਾਂ ਜੀ। ਪੁਲਿਸ ਅਧਿਕਾਰੀ ਥਾਣਾ ਸਦਰ ਦੇ ਇੰਚਾਰਜ ਅਵਤਾਰ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ, ਇਹ ਸਾਰੇ ਕਿਸ ਤਰ੍ਹਾਂ ਕਾਬੂ ਆਏ, ਕਿੰਨੀ ਕਿੰਨੀ ਗੋਲੀ ਬਰਾਮਦ ਹੋਈ, ਕਿੱਥੇ ਰਹਿਣ ਵਾਲੇ ਆ? ਹਾਂਜੀ, ਕੀ ਨਾਮ? ਕੱਲ੍ਹ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਅਤੇ ਸਾਡੇ ਮਾਣਯੋਗ DGP ਸਾਹਿਬ ਅਤੇ ਮਾਣਯੋਗ SSP ਸਾਹਿਬ ਦੀਆਂ ਨਿਸ਼ਾ ਨਿਰਦੇਸ਼ਾਂ ਅਨੁਸਾਰ ਕੱਲ੍ਹ ਕਾਸੋ ਓਪਰੇਸ਼ਨ ਤਲਮੰਡੀ ਮਲਕ ਪਿੰਡ ਵਿੱਚ ਕੀਤਾ ਗਿਆ ਸੀਗਾ। ਉਸ ਦੌਰਾਨ ਕਾਸੋ ਦੇ ਦੌਰਾਨ ਸਾਨੂੰ ਕਹਿੰਦਾ ਕਾਫੀ ਵਧੀਆ ਸਾਨੂੰ ਰਿਕਵਰੀ ਹੋਈ ਆ, ਜਿਹਦੇ ਸੰਬੰਧ ਵਿੱਚ ਕੱਲ੍ਹ ਦੋ ਵੱਖ ਵੱਖ ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਨੇਗੇ, ਜਿਹਦੇ ਵਿੱਚ ਅਸੀਂ 3 ਬੰਦੇ ਅਰੈਸਟ ਕੀਤੇ ਸੀਗੇ, ਜਿਨ੍ਹਾਂ ਦੇ ਕੋਲੋਂ ਇੱਕ ਕਰੀਬ 400 ਗੋਲੀ ਦੇ ਕਰੀਬ ਹੈਗੇ, ਦੋਵਾਂ ਮੁਕੱਦਮਿਆਂ ਦੇ ਵਿੱਚ ਨਸ਼ੀਲੀਆਂ ਗੋਲੀਆਂ ਰਿਕਵਰ ਕੀਤੀਆਂ ਗਈਆਂ ਨੇ। ਇਸ ਸੰਬੰਧੀ ਅਸੀਂ ਵੱਖ ਵੱਖ FIR ਦਰਜ ਕਰਕੇ ਅਤੇ ਇਹਨਾਂ ਦੇ ਖਿਲਾਫ਼ ਅਗਲੀ ਤਫਤੀਸ਼ ਵਧੀ ਹੋਈ ਹੈ। ਨਹੀਂ, ਉਹ ਵੱਖਰਾ ਮੁਕੱਦਮਾ ਹੈਗਾ, ਉਹ ਮੁਕੱਦਮਾ ਨੰਬਰ 85 ਆ, ਉਹਦੇ ਵਿੱਚ ਭੂਰਾ ਸਿੰਘ ਹੈਗਾ ਦੋਸ਼ੀ, ਉਹਦੇ ਵਿੱਚ 220 ਗੋਲੀਆਂ ਹੈਗੀਆਂ ਨੇ ਅਸੀਂ ਰਿਕਵਰ ਕੀਤੀਆਂ, ਨਸ਼ੀਲੀਆਂ ਗੋਲੀਆਂ, ਉਹ ਵੱਖਰਾ ਮੁਕੱਦਮਾ। ਇਹ ਮੁਕੱਦਮਾ ਨੰਬਰ 86 ਆ, ਇਹਦੇ ਵਿੱਚ ਦੋ ਬੰਦੇ ਨੇ, ਮਨਜਿੰਦਰ ਸਿੰਘ ਅਤੇ ਬਲਕਾਰ ਸਿੰਘ ਨੇਗੇ, ਇਹਨਾਂ ਨੂੰ ਜਿਹੜੇ ਹੈਗੇ ਨੇ ਇਹਨਾਂ ਦੇ ਖਿਲਾਫ਼ 86 ਨੰਬਰ ਮੁਕੱਦਮਾ ASI ਸਰਬਜੀਤ ਸਿੰਘ ਵੱਲੋਂ 9 ਅਗਸਤ ਕਾਸੋ ਪ੍ਰੇਸ ਦੇ ਦੌਰਾਨ ਕੀਤਾ। ਇਹਨਾਂ ਦੇ ਰਿਕਾਰਡ ਖੰਗਾਲਿਆ ਗਿਆ ਅਤੇ ਰਿਕਾਰਡ ਖੰਗਾਲ ਕੇ ਤੁਹਾਨੂੰ ਪਤਾ ਚੱਲਿਆ ਵੀ ਇਹਨਾਂ ਦੇ ਖਿਲਾਫ਼ ਪਹਿਲਾਂ ਵੀ NDPS ਐਕਟ ਦੇ ਮੁਕੱਦਮਾ ਦਰਜ ਰਜਿਸਟਰ ਹੈ। ਜਿਹੜੇ ਕਥਿਤ ਨੌਜਵਾਨ ਫੜੇ ਗਏ, ਇਹਨਾਂ ਕੋਲ ਪਹਿਲਾਂ ਵੀ ਨਸ਼ਾ ਵੇਚਣ ਦੇ ਮਾਮਲੇ ਦਰਜ ਹੈ। ਹਾਂਜੀ, ਕੀ ਨਾਮ ਹੈ ਤੁਹਾਡਾ? ਮਨਜਿੰਦਰ ਸਿੰਘ। ਹਾਂ, ਤੁਸੀਂ ਇਹ ਨਸ਼ੇ ਗੋਲੀਆਂ ਕਿੱਥੋਂ ਲੈਂਦੇ? ਬਸ ਇੱਦਾਂ ਹੀ ਜੀ, ਅੱਗੇ ਲਿੰਕ ਹੈ। ਪਹਿਲਾਂ ਹੀ ਪਰਚਾ ਦਰਜ ਤੁਹਾਡੇ ਕੋਲ? ਹਾਂ ਜੀ। ਦੋਹਾਂ ਦੇ ਪਰਚਾ ਦਰਜ? ਹਾਂ ਜੀ। ਇਹਦੇ ਕਥਿਤ ਦੋਸ਼ੀ ਹੈ ਜਿਨ੍ਹਾਂ ਦੇ ਖਿਲਾਫ਼ ਪਹਿਲਾਂ ਵੀ ਨਸ਼ਾ ਵੇਚਣ ਦਾ ਮਾਮਲਾ ਦਰਜ ਹੈ, ਔਰ ਇਨ ਦੋਨਾਂ ਨੂੰ ਅੱਜ ਸਮਾਣਾ ਸਦਰ ਪੁਲਿਸ ਅਦਾਲਤ 'ਚ ਪੇਸ਼ ਕਰੇਗੀ। ਅਦਾਲਤ ਤੋਂ ਪੁਲਿਸ ਰਿਮਾਂਡ ਦੀ ਮੰਗ ਕਰੇਗੀ। ਕੈਮਰਾਮੈਨ ਪ੍ਰਥਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ, ਸਮਾਣਾ।